ਮਾਨਯੋਗ ਪ੍ਰਧਾਨ ਮੰਤਰੀ ਜੀ ਨਮਸਕਾਰ ਮੇਰਾ ਨਾਮ ਦੀਪੇਸ਼ ਅਹਿਰਵਾਰੇ ਮੈਂ ਸ਼ਾਸਕੀ ਉੱਚਤਰ ਮਾਧਿਮਿਕ ਵਿਦਿਆਲਾ ਪੁਪਾਲ ਦੀ ਕਲਾਸ 10ਵੀਂ ਦਾ ਵਿਦਿਆਰਥੀ ਹਾਂ ਅੱਜ ਕੱਲ ਬੱਚਿਆਂ ਵਿੱਚ ਕਾਲਪਨਿਕ ਖੇਡ ਅਤੇ ਇੰਸਟਾਗ੍ਰਾਮ ਦੀ ਆਦਤ ਇੱਕ ਸਧਾਰਨ ਜਿਹੀ ਗੱਲ ਹੋ ਗਈ ਹੈ ਅਜਿਹੇ ਸਮੇਂ ਵਿੱਚ ਆਪਣੀ ਪੜ੍ਹਾਈ ਤੇ ਧਿਆਨ ਕਿਵੇਂ ਕੇਂਦਰਿਤ ਕਰੀਏ ਮਾਨਯੋਗ ਸਰ ਮੇਰਾ ਤੁਹਾਨੂੰ ਇਹ ਪ੍ਰਸ਼ਨ ਹੈ ਕਿ ਅਸੀਂ ਬਿਨਾਂ ਧਿਆਨ ਪਟਕਾਏ ਆਪਣੀ ਪੜ੍ਹਾਈ ਤੇ ਕਿਵੇਂ ਧਿਆਨ ਕੇਂਦਰਿਤ ਕਰੀਏ ਮੈਂ ਇਸ ਸੰਬੰਧ ਵਿੱਚ ਤੁਹਾਡੇ ਕੋਲੋਂ ਮਾਰਗਦਰਸ਼ਨ ਚਾਹੁੰਦਾ ਹਾਂ ਧੰਨਵਾਦ ਧੰਨਵਾਦ ਦਿਪੇਸ਼ ਮਾਨਯੋਗ ਪਤਾਰ ਮੰਤਰੀ ਜੀ ਅਦਿਤਾਪ ਗੁਪਤਾ ਦਾ ਪ੍ਰਸ਼ਨ ਇੰਡੀਆ ਟੀਵੀ ਵੱਲੋਂ ਚੁਣਿਆ ਗਿਆ ਹੈ ਅਦਿਤਾਪ ਸਾਡੇ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਜੁੜ ਰਹੇ ਨੇ ਅਦਿਤਾਪ ਆਪਣਾ ਪ੍ਰਸ਼ਨ ਪੁੱਛੋ ਮੇਰਾ ਨਾਮ ਅਦਿਤਾਪ ਗੁਪਤਾ ਹੈ ਮੈਂ 10ਵੀਂ ਕਲਾਸ ਵਿੱਚ ਪੜਦਾ ਹਾਂ ਜਿਵੇਂ ਟੈਕਨੋਲੋਜੀ ਵੱਧਦੀ ਜਾ ਰਹੀ ਹੈ ਉਵੇਂ ਹੀ ਸਾਡੇ ਡਿਸਟਰੈਕਸ਼ਨਸ ਹੋਰ ਵੱਧਦੇ ਜਾ ਰਹੇ ਨੇ ਸਾਡਾ ਧਿਆਨ ਪੜ੍ਹਾਈ ਤੇ ਘੱਟ ਹੁੰਦਾ ਏ ਅਤੇ ਸੋਸ਼ਲ ਮੀਡੀਆ ਤੇ ਜ਼ਿਆਦਾ ਤਾਂ ਮੇਰਾ ਤੁਹਾਨੂੰ ਇਹ ਸਵਾਲ ਏ ਕਿ ਅਸੀਂ ਪੜ੍ਹਾਈ ਤੇ ਕਿਵੇਂ ਫੋਕਸ ਕਰੀਏ ਅਤੇ ਸੋਸ਼ਲ ਮੀਡੀਆ ਤੇ ਘੱਟ ਕਰੀਏ ਕਿਉਂਕਿ ਤੁਹਾਡੇ ਟਾਈਮ ਤੇ ਇੰਨੀ ਜ਼ਿਆਦਾ ਡਿਸਟਰੈਕਸ਼ਨਸ ਨਹੀਂ ਹੁੰਦੀਆਂ ਸਨ ਜਿੰਨੀਆਂ ਕਿ ਹੁਣ ਸਾਡੇ ਟਾਈਮ ਤੇ ਨੇ ਧੰਨਵਾਦ ਅਰਤਾਪ ਮਾਨਯੋਗ ਪ੍ਰਧਾਨ ਮੰਤਰੀ ਜੀ ਅਗਰਾ ਪ੍ਰਸ਼ਨ ਕਮਾਖਸ਼ੀ ਰਾਏ ਦਾ ਏ ਜਿਹੜਾ ਕਿ ਬਹੁਤ ਸਾਰੇ ਵਿਦਿਆਰਥੀਆਂ ਦਾ ਵੀ ਏ ਉਸ ਦਾ ਇਹ ਸਵਾਲ ਰਿਪਬਲਿਕ ਟੀਵੀ ਵੱਲੋਂ ਚੁਣਿਆ ਗਿਆ ਏ ਕਮਕਸ਼ੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋ ਪ੍ਰਧਾਨ ਮੰਤਰੀ ਜੀ ਅਤੇ ਸਾਰਿਆਂ ਨੂੰ ਵਧਾਈ ਮੈਂ ਕਮਕਸ਼ੀ ਰਾਹੀਂ ਦਿੱਲੀ ਵਿੱਚ 10ਵੀਂ ਕਲਾਸ ਵਿੱਚ ਪੜ੍ਹਦੀ ਹਾਂ ਮੇਰਾ ਸਵਾਲ ਤੁਹਾਨੂੰ ਇਹ ਕਿ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਦਾ ਧਿਆਨ ਭਟਕੇ ਨਾ ਇਸ ਲਈ ਵਿਦਿਆਰਥੀ ਨੂੰ ਕੀ ਕਰਨਾ ਚਾਹੀਦਾ ਹੈ ਧੰਨਵਾਦ ਧੰਨਵਾਦ ਕਮਕਸ਼ੀ मान्यव प्रधानमन्त्री जी इस प्रश्न दी चौन जी टीवी वलनु कीती गई है मनन मित्तल साडे नाल वीडियो कॉन्फ्रेंसिंग राही जुड़े ने मनन कृपया करके अपने प्रश्न पूछो नमस्ते प्रधानमंत्री जी मैं मनन मित्तल डीपीएस बेंगलुरु साउथ तो बोल रहा हां मेरा ਤੁਹਾਨੂੰ एक प्रश्न है ऑनलाइन पढ़ाई करते समय बहुत सारे डिस्ट्रैक्शंस होते हैं जेमे के ऑनलाइन गेमिंग वगैरह वगैरह असी इस तो किवें बचिए ਇਹ ਵਿਦਿਆਰਥੀ ਹੀ ਹੈ ਉਹ ਗੈਜਟ ਵਿੱਚ ਲੱਗੇ ਰਹਿੰਦੇ ਹੋਣਗੇ ਧੰਨਵਾਦ ਮੰਨਨ ਮਾਨਯੋਗ ਪ੍ਰਧਾਨ ਮੰਤਰੀ ਜੀ ਦਿਪੇਸ਼ ਅਦਿਤਾਬ ਕਮਾਕਸ਼ੀ ਅਤੇ ਮੰਨਨ ਪ੍ਰੀਖਿਆ ਵਿੱਚ ਆਉਣ ਵਾਲੀਆਂ ਰੁਕਾਵਟਾਂ ਅਤੇ ਇਸ ਤੋਂ ਕਿਵੇਂ ਬਾਹਰ ਨਿਕਲੀਏ ਇਸ ਵਿਸ਼ੇ ਤੇ ਤੁਹਾਡੇ ਤੋਂ ਮਾਰਗਦਰਸ਼ਨ ਚਾਹੁੰਦੇ ਨੇ ਕਿਰਪਾ ਕਰਕੇ ਮਾਰਗਦਰਸ਼ਨ ਕਰੋ ਮਾਨਯੋਗ ਪ੍ਰਧਾਨ ਮੰਤਰੀ ਜੀ ਸਭ ਤੋਂ ਪਹਿਲਾਂ ਤਾਂ ਫੈਸਲਾ ਇਹ ਕਰਨਾ ਹੈ ਕਿ ਤੁਸੀਂ ਸਮਾਰਟ ਹੋ ਜਾਂ ਗੈਜਟ ਸਮਾਰਟ ਹੈ ਕਦੇ-ਕਦੇ ਤਾਂ ਲੱਗਦਾ ਹੈ ਕਿ ਤੁਸੀਂ ਆਪਣੇ ਤੋਂ ਜ਼ਿਆਦਾ ਸਮਾਰਟ ਮੰਨ ਲੈਂਦੇ ਹੋ ਅਤੇ ਗਲਤੀ ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਵਿਸ਼ਵਾਸ ਕਰੋ ਪਰਮਾਤਮਾ ਨੇ ਤੁਹਾਨੂੰ ਬਹੁਤ ਸ਼ਕਤੀ ਦਿੱਤੀ ਹੈ ਤੁਸੀਂ ਸਮਾਰਟ ਹੋ ਗੈਜਟ ਤੁਹਾਡੇ ਤੋਂ ਸਮਾਰਟ ਨਹੀਂ ਹੋ ਸਕਦਾ ਤੁਹਾਡੀ ਜਿੰਨੀ ਸਮਾਰਟਨੈਸ ਜ਼ਿਆਦਾ ਹੋਵੇਗੀ ਉਨਾ ਗੈਜਟ ਦਾ ਸਹੀ ਇਸਤੇਮਾਲ ਤੁਸੀਂ ਕਰ ਸਕੋਗੇ ਇਹ ਇੱਕ ਇਨਸਟਰੂਮੈਂਟ ਹੈ ਜਿਹੜਾ ਤੁਹਾਡੀ ਗਤੀ ਵਿੱਚ ਨਵੀਂ ਤੇਜ਼ੀ ਲਿਆਉਂਦਾ ਹੈ ਜੇਕਰ ਇਹ ਸਾਡੀ ਸੋਚ ਬਣ ਰਹੀ ਤਾਂ ਮੈਂ ਸਮਝਦਾ ਹਾਂ ਕਿ ਸ਼ਾਇਦ ਤੁਸੀਂ ਛਟਕਾਰਾ ਪਾਓਗੇ ਦੂਸਰਾ ਦੇਸ਼ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਮੈਨੂੰ ਕੋਈ ਦੱਸ ਰਿਹਾ ਸੀ ਕਿ ਭਾਰਤ ਚ ਐਵਰੇਜ 6 ਘੰਟੇ ਲੋਕ ਸਕਰੀਨ ਤੇ ਲਾਉਂਦੇ ਨੇ 6 ਘੰਟੇ ਹੁਣ ਜੋ ਇਸ ਦਾ ਬਿਜ਼ਨਸ ਕਰਦੇ ਨੇ ਉਹਨਾਂ ਲਈ ਤਾਂ ਖੁਸ਼ੀ ਦੀ ਗੱਲ ਹੈ ਜਦੋਂ ਮੋਬਾਈਲ ਫੋਨ ਤੇ ਟਾਕ ਟਾਈਮ ਹੁੰਦਾ ਸੀ ਤਾਂ ਲੌਂਗ ਟਾਈਮ 'ਚ ਕਹਿੰਦੇ ਨੇ ਕਿ ਉਸ ਸਮੇਂ ਐਵਰੇਜ 20 ਮਿੰਟ ਜਾਂਦੀ ਸੀ ਪਰ ਜਦੋਂ ਤੋਂ ਸਕਰੀਨ ਅਤੇ ਉਸ ਵਿੱਚੋਂ ਰੀਲ ਕੀ ਹੁੰਦਾ ਹੈ ਇੱਕ ਵਾਰ ਸ਼ੁਰੂ ਕਰਨ ਤੋਂ ਬਾਅਦ ਨਿਕਲਦੇ ਹੋ ਕੀ ਉਸ ਵਿੱਚੋਂ ਬਾਹਰ ਕੀ ਹੁੰਦਾ ਹੈ ਨਹੀਂ ਬੋਲਣਗੇ ਅੱਛਾ ਤੁਸੀਂ ਲੋਕ ਕੋਈ ਰੀਲ ਦੇਖਦੇ ਨਹੀਂ ਹੋ ਨਹੀਂ ਦੇਖਦੇ ਹੋ ਨਾ ਤਾਂ ਫਿਰ ਸ਼ਰਮ ਆਉਂਦਾ ਕਿਉਂ ਹੋ ਦਸੋਣਾ ਨਿਕਲਦੇ ਹੋ ਕੇ ਬਾਹਰ ਅੰਦਰ ਤੋਂ ਦੇਖੋ ਸਾਡੀ ਕ੍ਰੀਏਟਿਵ ਉਮਰ ਅਤੇ ਸਾਡੀ ਕ੍ਰੀਏਟੀਵਿਟੀ ਦੀ ਸਮਰਥਾ ਐਵਰੇਜ ਹਿੰਦੁਸਤਾਨ ਚ 6 ਘੰਟੇ ਸਕਰੀਨ ਤੇ ਜਾਈਏ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਇੱਕ ਤਨਨੜ ਗੈਜਟ ਸਾਨੂੰ ਗੁਲਾਮ ਬਣਾ ਦਿੰਦਾ ਹੈ ਅਸੀਂ ਉਸ ਦੇ ਗੁਲਾਮ ਬਣ ਕੇ ਜੀ ਨਹੀਂ ਸਕਦੇ ਹਾਂ ਪਰਮਾਤਮਾ ਨੇ ਸਾਨੂੰ ਇੱਕ ਸੁਤੰਤਰ ਅਸਤਿਤਵ ਦਿੱਤਾ ਹੈ ਸੁਤੰਤਰ ਵਿਕਤਤਵ ਦਿੱਤਾ ਹੈ ਅਤੇ ਇਸ ਲਈ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਿਤੇ ਮੈਂ ਇਸ ਦਾ ਗੁਲਾਮ ਤਾਂ ਨਹੀਂ ਹਾਂ ਤੁਸੀਂ ਦੇਖਿਆ ਹੋਵੇਗਾ ਤੁਸੀਂ ਕਦੇ ਵੀ ਦੇਖਿਆ ਹੋਵੇਗਾ ਮੇਰੇ ਹੱਥ ਵਿੱਚ ਕਦੇ ਕੋਈ ਮੋਬਾਈਲ ਫੋਨ ਸ਼ਾਇਦ ਤੁਸੀਂ ਰੇਅਰਲੀ ਕਦੇ ਦੇਖਿਆ ਹੋਵੇਗਾ ਰੇਅਰਲੀ ਮੈਂ ਕਿਉਂ ਆਪਣੇ ਆਪ ਨੂੰ ਸੰਭਾਲ ਕੇ ਰੱਖਿਆ ਹੋਇਆ ਏ ਜਦ ਕਿ ਮੈਂ ਐਕਟਿਵ ਬਹੁਤ ਹਾਂ ਪਰ ਉਸ ਲਈ ਸਮਾਂ ਮੈਂ ਤੈਅ ਕੀਤਾ ਹੋਇਆ ਏ ਉਸ ਸਮੇਂ ਦੇ ਬਾਹਰ ਮੈਂ ਜ਼ਿਆਦਾ ਨਹੀਂ ਕਰਦਾ ਅਤੇ ਇਸ ਲਈ ਲੋਕ ਤਾਂ ਮੈਂ ਦੇਖਿਆ ਚੰਗੀ ਮੀਟਿੰਗ ਚੱਲ ਰਹੀ ਏ ਬਹੁਤ ਚੰਗੀ ਅਤੇ ਥੋੜਾ ਜਿਹਾ ਵਾਈਬ੍ਰੇਸ਼ਨ ਆਇਆ ਤਾਂ ਇਸ ਤਰ੍ਹਾਂ ਕੱਢ ਕੇ ਦੇਖ ਰਹੇ ਨੇ ਮੈਂ ਸਮਝਦਾ ਹਾਂ ਕਿ ਸਾਨੂੰ ਖੁਦ ਨੂੰ ਕੋਸ਼ਿਸ਼ ਕਰਨੀ ਚਾਹੀਦੀ ਏ ਕਿ ਅਸੀਂ ਇਹਨਾਂ ਗੈਜਟਸ ਦੇ ਗੁਲਾਮ ਨਹੀਂ ਬਣਾਂਗੇ ਮੈਂ ਇੱਕ ਸੁਤੰਤਰ ਵਿਅਕਤੀ ਹਾਂ ਮੇਰਾ ਸੁਤੰਤਰ ਅਸਤਿੱਤਵ ਹੈ ਅਤੇ ਉਸ ਵਿੱਚੋਂ ਜਿਹੜੀ ਮੇਰੇ ਕੰਮ ਦੀ ਚੀਜ਼ ਹੈ ਉਸ ਤੱਕ ਹੀ ਮੈਂ ਸੀਮਿਤ ਰਹਾਂਗਾ ਮੈਂ ਟੈਕਨੋਲੋਜੀ ਦਾ ਇਸਤੇਮਾਲ ਕਰਾਂਗਾ ਮੈਂ ਟੈਕਨੋਲੋਜੀ ਤੋਂ ਭੱਜਾਂਗਾ ਨਹੀਂ ਪਰ ਮੈਂ ਉਸੇ ਇਸਤੇਮਾਲ ਅਤੇ ਜ਼ਰੂਰਤ ਆਪਣੇ ਮੁਤਾਬਕ ਕਰਾਂਗਾ ਹੁਣ ਮੰਨ ਲਓ ਕਿ ਤੁਸੀਂ ਆਨਲਾਈਨ ਡੋਸਾ ਬਣਾਉਣ ਦੀ ਵਧੀਆ ਰੈਸিপি ਪੜ ਲਈ ਘੰਟਾ ਲਗਾ ਦਿੱਤਾ ਕਿਹੜੇ ਕਿਹੜੇ ਇੰਗਰੀਡੀਅੰਟਸ ਹੁੰਦੇ ਨੇ ਉਹ ਵੀ ਕਰ ਲਿਆ ਪਰ ਜਾਵੇਗਾ ਕੀ ਨਹੀਂ ਪਰੇਗਾ ਨਾ ਉਸ ਲਈ ਤਾਂ ਡੋਸਾ ਬਣਾ ਕੇ ਖਾਣਾ ਪਵੇਗਾ ਅਤੇ ਇਸ ਲਈ ਗੈਜਟ ਜੋ ਪ੍ਰੋਸਤਾ ਹੈ ਉਹ ਤੁਹਾਨੂੰ ਤਸੱਲੀ ਨਹੀਂ ਦਿੰਦਾ ਤੁਹਾਡੇ ਅੰਦਰ ਦੀ ਸਮਰਥਾ ਹੁਣ ਤੁਸੀਂ ਦੇਖਿਆ ਹੋਵੇਗਾ ਪਹਿਨਾਂ ਦੇ ਜ਼ਮਾਨੇ ਵਿੱਚ ਬੱਚੇ ਬੜੇ ਆਰਾਮ ਨਾਲ ਪਹਾੜਾ ਪੜ ਜਾਂਦੇ ਸਨ ਪਹਾੜਾ ਬੋਲਦੇ ਸਨ ਅਤੇ ਬੜੇ ਆਰਾਮ ਨਾਲ ਬੋਲਦੇ ਸਨ ਅਤੇ ਮੈਂ ਦੇਖਿਆ ਹੈ ਕਿ ਭਾਰਤ ਦੇ ਬੱਚੇ ਵਿਦੇਸ਼ ਜਾਂਦੇ ਸਨ ਤਾਂ ਵਿਦੇਸ਼ ਦੇ ਲੋਕਾਂ ਨੂੰ ਬੜਾ ਅਚੰਭਾ ਹੁੰਦਾ ਸੀ ਕਿ ਇਹ ਕਿਸ ਤਰ੍ਹਾਂ ਇੰਨਾ ਪਹਾੜਾ ਬੋਲ ਲੈਂਦਾ ਏ ਹੁਣ ਉਸ ਨੂੰ ਕੁਝ ਲੱਗਦਾ ਨਹੀਂ ਸੀ ਹੁਣ ਤੁਸੀਂ ਦੇਖੋ ਹੌਲੀ-ਹੌਲੀ ਕੀ ਹਾਲ ਹੋ ਗਿਆ ਸਾਨੂੰ ਪਹਾੜਾ ਬੋਲਣ ਵਾਲਾ ਬੱਚਾ ਲੱਭਣਾ ਪੈਂਦਾ ਏ ਕਿਉਂ ਉਸ ਨੂੰ ਹੋਣ ਆ ਗਿਆ ਏ ਹੋ ਗਿਆ ਯਾਨੀ ਅਸੀਂ ਆਪਣੀ ਸਮਰੱਥਾ ਗਵਾ ਰਹੇ ਹਾਂ ਸਾਨੂੰ ਆਪਣੀ ਸਮਰੱਥਾ ਗਵਾਏ ਬਿਨਾ ਸਮਰੱਥਾ ਨੂੰ ਅੱਗੇ ਵਧਾਉਣਾ ਇਹ ਸਾਨੂੰ ਸਾਵਧਾਨੀ ਨਾਲ ਕੋਸ਼ਿਸ਼ ਕਰਨੀ ਪਵੇਗੀ ਨਹੀਂ ਤਾਂ ਹੌਲੀ-ਹੌਲੀ ਕਰਕੇ ਇਹ ਵਿਦਾ ਖਤਮ ਹੋ ਜਾਵੇਗੀ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨੂੰ ਲਗਾਤਾਰ ਟੈਸਟ ਕਰਦੇ ਰਹੀਏ ਮੈਨੂੰ ਇਹ ਆਉਂਦਾ ਹੈ ਕਿ ਨਹੀਂ ਆਉਂਦਾ ਵੈਸੇ ਤਾਂ ਅੱਜਕੱਲ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਨੇ ਪਲੇਟਫਾਰਮ ਆਏ ਨੇ ਤੁਹਾਨੂੰ ਕੁਝ ਕਰਨ ਦੀ ਲੋੜ ਨਹੀਂ ਹੈ ਉਸ ਪਲੇਟਫਾਰਮ ਤੇ ਜਾ ਕੇ ਚੈਟ ਤੇ ਚਲੇ ਜਾਓ ਤਾਂ ਤੁਹਾਨੂੰ ਦੁਨੀਆ ਭਰ ਦੀਆਂ ਚੀਜ਼ਾਂ ਦੱਸ ਕੇ ਦੇ ਦਿੰਦਾ ਹੈ ਹੋਂਦਾ Google ਤੋਂ ਵੀ ਇੱਕ ਸਟੈਪ ਅੱਗੇ ਚਲਾ ਗਿਆ ਹੈ ਜੇ ਤੁਸੀਂ ਉਸ ਵਿੱਚ ਫਸ ਗਏ ਤਾਂ ਤੁਹਾਡੀ ਕ੍ਰੀਏਟੀਵਿਟੀ ਖਤਮ ਹੋ ਜਾਵੇਗੀ ਅਤੇ ਇਸ ਲਈ ਮੇਰੀ ਇਹ ਸਲਾਹ ਰਹੇਗੀ ਕਿ ਤੁਸੀਂ ਦੂਸਰਾ ਸਾਡੇ ਇੱਥੇ ਆਰੋਗ્ય ਦਾ ਜਿਹੜਾ ਸ਼ਾਸਤਰ ਹੈ ਪੁਰਾਣੇ ਭਾਰਤ ਵਿੱਚ ਆਰੋਗ્ય ਦਾ ਉਸ ਵਿੱਚ ਉਪਵਾਸ ਦੀ ਪਰੰਪਰਾ ਹੁੰਦੀ ਹੈ ਕਿ ਕੁਝ ਜਰਾ ਇਸ ਤਰ੍ਹਾਂ ਲੱਗਦਾ ਹੈ ਕਿ ਇਦਾਂ ਕਰੋ ਤੁਸੀਂ ਫਾਸਟਿੰਗ ਕਰੋ ਸਾਡੇ ਦੇਸ਼ ਵਿੱਚ ਕੁਝ ਧਾਰਮਿਕ ਰਵਾਇਤਾਂ ਵਿੱਚ ਵੀ ਹੁੰਦਾ ਹੈ ਕਿ ਫਾਸਟਿੰਗ ਕਰੋ ਹੁਣ ਸਮਾਂ ਬਦਲ ਚੁੱਕਾ ਹੈ ਤਾਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਹਫ਼ਤੇ ਵਿੱਚ ਕੁਝ ਦਿਨ ਜਾ ਦਿਨ ਵਿੱਚ ਕੁਝ ਘੰਟੇ ਇਸ ਟੈਕਨੋਲੋਜੀ ਦੀ ਫਾਸਟਿੰਗ ਕਰ ਸਕਦੇ ਹੋ ਕਿ ਉਹਨੇ ਘੰਟੇ ਉਸ ਵੱਲ ਜਾਵਾਂਗੇ ਹੀ ਨਹੀਂ ਤੁਸੀਂ ਦੇਖਿਆ ਹੋਵੇਗਾ ਕਿ ਕਈ ਪਰਿਵਾਰ ਹੁੰਦੇ ਨੇ ਘਰ ਵਿੱਚ ਬੜਾ ਦਸਵੀਂ 12ਵੀਂ 10ਵੀਂ 12ਵੀਂ ਦਾ ਬੜਾ ਟੈਨਸ਼ਨ ਹੋ ਜਾਂਦਾ ਏ ਸ਼ੁਰੂ ਵਿੱਚ ਹੀ ਸਾਰੇ ਪ੍ਰੋਗਰਾਮ ਤੈਅ ਕਰਦੇ ਨੇ ਪਰਿਵਾਰ ਵਾਲੇ ਨਹੀਂ ਨਹੀਂ ਭਾਈ ਅਗਲੇ ਸਾਲ ਕੁਝ ਨਹੀਂ 10ਵੀਂ ਵਿੱਚੇ ਉਹ ਅਗਲੇ ਸਾਲ ਕੁਝ ਨਹੀਂ ਉਹ 12ਵੀਂ ਵਿੱਚੇ ਇਸੇ ਤਰ੍ਹਾਂ ਹੀ ਚੱਲਦਾ ਏ ਕਾਰ ਵਿੱਚ ਅਤੇ ਫਿਰ ਟੀਵੀ ਤੇ ਵੀ ਕਪੜਾ ਪਾ ਦਿੰਦੇ ਨੇ ਹਾਂ ਨੋ ਟੀਵੀ ਕਿਉਂ ਐਗਜ਼ਾਮ ਏ 10ਵੀਂ ਦੇ ਐਗਜ਼ਾਮ ਏ 12ਵੀਂ ਦੇ ਐਗਜ਼ਾਮ ਏ ਜੇ ਅਸੀਂ ਇੰਨੇ ਜਾਗਰੂਕ ਹੋ ਕੇ ਦੀ ਵੀ ਤੇ ਪਰਦਾ ਲਗਾ ਦਿੰਦੇ ਹਾਂ ਪਰ ਕੀ ਅਸੀਂ ਸੁਭਾਤੋਂ ਤੈਅ ਕਰ ਸਕਦੇ ਹਾਂ ਕਿ ਹਫਤੇ ਵਿੱਚ ਇੱਕ ਦਿਨ ਮੇਰਾ ਡਿਜੀਟਲ ਫਾਸਟਿੰਗ ਹੋਵੇਗਾ No digital device ਮੈਂ ਕਿਸੇ ਨੂੰ ਹੱਥ ਨਹੀਂ ਲਗਾਵਾਂਗਾ ਉਸ ਵਿੱਚੋਂ ਜੋ ਫਾਇਦਾ ਹੁੰਦਾ ਹੈ ਉਸ ਨੂੰ ਆਬਜ਼ਰਵ ਕਰੋ ਹੌਲੀ ਹੌਲੀ ਉਸ ਦਾ ਸਮਾ ਬਧਾਉਣ ਦਾ ਤੁਹਾਡਾ ਮਨ ਕਰੇਗਾ ਉਸੇ ਤਰ੍ਹਾਂ ਅਸੀਂ ਦੇਖਿਆ ਹੈ ਕਿ ਪਰਿਵਾਰ ਸਾਡੇ ਜੋ ਛੋਟੇ ਹੁੰਦੇ ਜਾ ਰਹੇ ਨੇ ਹੁਣ ਪਰਿਵਾਰ ਵੀ ਇਸ ਡਿਜੀਟਲ ਦੁਨੀਆ ਵਿੱਚ ਫਸ ਰਹੇ ਨੇ ਇੱਕ ਹੀ ਘਰ ਚ ਮਾਂ ਬੇਟਾ ਭੈਣ ਭਰਾ ਪਾਪਾ ਸਭ ਰਹਿ ਰਹੇ ਨੇ ਅਤੇ ਇੱਕ ਹੀ ਕਮਰੇ ਵਿੱਚ ਉਹ ਉਸ ਨੂੰ ਵਟਸਐਪ ਕਰ ਰਿਹਾ ਹੈ ਮੈਂ ਤੁਹਾਡੀ ਹੀ ਗੱਲ ਦੱਸ ਰਹੀ ਹਾਂ ਮਾਂ ਪਾਪਾ ਨੂੰ ਵਟਸਐਪ ਕਰੇਗੀ ਦੇਖਿਆ ਹੋਵੇਗਾ ਤੁਸੀਂ ਕਾਰ ਵਿੱਚ ਸਾਰੇ ਬੈਠੇ ਨੇ ਇਕੱਠੇ ਪਰ ਹਰ ਆਪਣੇ ਮੋਬਾਈਲ ਵਿੱਚ ਖੁੱਬਿਆ ਹੋਇਆ ਏ ਉਹ ਉੱਪਰ ਦੇਖ ਰਿਹਾ ਏ ਇਹ ਇਧਰ ਦੇਖ ਰਿਹਾ ਏ ਇਹੀ ਹੋ ਗਿਆ ਏ ਮੈਨੂੰ ਦੱਸੋ ਪਰਿਵਾਰ ਕਿਵੇਂ ਚਲੇਗਾ ਪਹਿਲਾਂ ਤਾਂ ਬੱਸ ਵਿੱਚ ਟ੍ਰੇਨ ਵਿੱਚ ਜਾਂਦੇ ਸਨ ਤਾਂ ਲੋਕ ਗੱਪਾਂ ਮਾਰਦੇ ਸਨ ਹੁਣ ਜੇ ਕਨੈਕਟੀਵਿਟੀ ਮਿਲ ਗਈ ਪਹਿਲਾਂ ਕੰਮ ਇਹੀ ਜਿਸ ਤਰ੍ਹਾਂ ਦੁਨੀਆ ਭਰ ਦਾ ਕੰਮ ਉਹਨਾਂ ਦੇ ਕੋਲ ਹੀ ਏ ਉਹਨਾਂ ਤੋਂ ਬਿਨਾ ਦੁਨੀਆ ਰੁਕ ਜਾਣ ਵਾਲੀ ਏ ਇਹ ਜੜੀਆਂ ਬਿਮਾਰੀਆਂ ਨੇ ਇਹਨਾਂ ਬਿਮਾਰੀਆਂ ਨੂੰ ਸਾਨੂੰ ਪਛਾਣਨਾ ਹੋਵੇਗਾ ਅਸੀਂ ਜੇ ਇਹਨਾਂ ਬਿਮਾਰੀਆਂ ਨੂੰ ਪਛਾਣਾਂਗੇ ਤਾਂ ਅਸੀਂ ਬਿਮਾਰੀਆਂ ਤੋਂ ਮੁਕਤ ਹੋ ਸਕਦੇ ਹਾਂ ਤੇ ਇਸ ਲਈ ਮੇਰੀ ਬੇਨਤੀ ਹੈ ਘਰ ਵਿੱਚ ਵੀ ਕੀ ਤੁਸੀਂ ਇੱਕ ਏਰੀਆ ਤੈਅ ਕਰ ਸਕਦੇ ਹੋ ਕਿ ਪਰਿਵਾਰ ਵਿੱਚ ਜਾ ਕੇ ਅੱਜ ਹੀ ਤੈਅ ਕਰੋ ਇੱਕ ਏਰੀਆ ਤੈਅ ਕਰੋ ਇਹ ਏਰੀਆ ਜੋ ਹੈ ਨੋ ਟੈਕਨੋਲੋਜੀ ਜ਼ੋਨ ਮਤਲਬ ਉੱਥੇ ਟੈਕਨੋਲੋਜੀ ਨੂੰ ਐਂਟਰੀ ਹੀ ਨਹੀਂ ਮਿਲੇਗੀ ਉੱਥੇ ਆਉਣਾ ਹੈ ਘਰ ਦੇ ਉਸ ਕੋਨੇ ਵਿੱਚ ਤਾਂ ਮੋਬਾਈਲ ਉੱਥੇ ਰੱਖ ਕੇ ਆਓ ਅਤੇ ਉੱਥੇ ਆਰਾਮ ਨਾਲ ਬੈਠਾਂਗੇ ਗੱਲਾਂ ਕਰਾਂਗੇ No Technology Zone ਘਰ ਦੇ ਅੰਦਰ ਵੀ ਇੱਕ ਕੋਨਾ ਬਣਾ ਦਿਓ ਜਿਵੇਂ ਦੇਵਘਰ ਹੁੰਦੇ ਆ ਨਾ ਭਗਵਾਨ ਦਾ ਮੰਦਿਰ ਇੱਕ ਅਲੱਗ ਹੁੰਦਾ ਹੈ ਕੋਨੇ ਵਿੱਚ ਉਸ ਤਰ੍ਹਾਂ ਹੀ ਬਣਾ ਦਿਓ ਕਿ ਜੇ ਇਸ ਕੋਨੇ ਵਿੱਚ ਆਉਣਾ ਹੈ ਚੱਲ ਮੋਬਾਈਲ ਬਾਹਰ ਰੱਖ ਕੇ ਆਓ ਇੱਥੇ ਇਸ ਤਰ੍ਹਾਂ ਬੈਠੋ ਹੁਣ ਦੇਖੋ ਹੌਲੀ ਹੌਲੀ ਤੁਹਾਨੂੰ ਜੀਵਨ ਜਿਉਣ ਦਾ ਆਨੰਦ ਸ਼ੁਰੂ ਹੋਵੇਗਾ ਆਨੰਦ ਸ਼ੁਰੂ ਹੋਵੇਗਾ ਤਾਂ ਤੁਸੀਂ ਉਸ ਦੀ ਗੁਲਾਮੀ ਚੋਂ ਬਾਹਰ ਆਓਗੇ ਬਹੁਤ ਬਹੁਤ ਧੰਨਵਾਦ